ਸੋ ਸ੍ਰੀ ਅਕਾਲ ਦੋਸਤੋ ਹੋਰ ਨੇ ਉਹਨੇ ਮੌਸਮ ਵਿਭਾਗ ਬੁਲਵਾਈ ਤਾਂ ਆ ਜਾ ਵੱਡੀ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੱਲਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਤੇ ਹਰਿਆਣਾ ਚ ਮੰਗਲਵਾਰ ਨੂੰ ਠੰਡ ਦਾ ਕਹਿਰ ਜਾਰੀ ਰਿਹਾ ਅਤੇ ਸ਼ੀਤ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਬਲੋਵਾਲ ਸੋਂਖੜੀ ਚ ਘੱਟੋ ਘੱਟ ਤਾਪਮਨ ਸੇਵਰ ਤੋਂ ਵੀ 0.4 ਡਿਗਰੀ ਸੈਲਸੀਅਸ ਹੇਠਾ ਦਰਜ ਕੀਤਾ ਗਿਆ ਮੋਹਾਲੀ ਪਟਿਆਲਾ ਤੇ ਫਤਿਗੜ ਸਾਹਿਬਸ ਵਿੱਚ ਕਈ ਥਾਵਾਂ ਤੇ ਸੰਗਨੀਤ ਹੰਦਸ਼ਾਈ ਰਹੀ ਪੰਜਾਬ ਦੇ ਅੰਮ੍ਰਿਤਸਰ ਚ ਘੱਟੋ ਘਾਟ ਤਾਪਮਾਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਲੁਧਿਆਣਾ ਚ ਘੱਟੋ ਘਾਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਦੇ ਨਾਲੋਂ 2.7 ਡਿਗਰੀ ਘੱਟ ਹੈ ਪਟਿਆਲਾ ਚ ਘੱਟੋ ਘਾਟ ਤਾਪਮਾਨ 3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 4.1 ਡਿਗਰੀ ਘੱਟ ਹੈ ਪਠਾਨਕੋਟ ਬਠਿੰਡਾ ਫਰੀਦਕੋਟ ਲੁਧਿਆਣਾ ਚ ਘੱਟੋ ਘਾਟ ਤਾਪਮਾਨ ਕਰਮਵਾਰ 4.8 ਤੇ 3.5 ਸੈਲਸੀਅਸ ਦਰਜ ਕੀਤਾ ਗਿਆ ਦੋਆ ਸੋਬਿਆਂ ਦੀ ਸਾਂਝੀ ਰਾਜਸਥਾਨੀ ਛੰਡੇਗੜ ਚਾ ਕਟੋਕਾਰ ਤਾਪਮਨ 2.7 ਡਿਗਰੀ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 4.7 ਡਿਗਰੀ ਘੱਟ ਹਨ ਬਾਕੀ ਖਬਰ ਨੂੰ ਅੰਤ ਤੱਕ ਦੇਖੀਂ ਤੁਹਾਡਾ ਬਹੁਤ ਬਹੁਤ ਧੰਨਵਾਦ